परमीश वर्मा दे फैंस उन्हां दीआं फिल्मां देखण दे लई हमेशा ही बरकरार रहिंदे ने ते हाल ही दे विच उन्हां ने अपनी आउण वाली फिल्म तबा दे बारे इनफॉर्मेशन नूं सांझा कीता। की है उह इनफॉर्मेशन, आओ तुहानूं दसदे हां। शहर विच रौले चक कर चक कर तबा फिल्म दा फर्स्ट लुक पोस्टर परमीश वर्मा ने 2022 दे विच शेयर कीता सी, जिसनू देखन तो बाद लोकां दे विच एक अलग ही बस बन गई। परमीश वर्मा दी लुक्स तो लोकां ने अंदाजे लगाने शुरू कर दिते कि किस तरह दी कहानी होवेगी, बट फाइनली इना गल्लां दा जवाब हुण 3 मई 2024 नू मिलन वाला है, क्योंकि यही है फिल्म दी रिलीज डेट। जी हाँ, सही सुनिया तुसी, हाल ही दे विच परमीश वर्मा ने तबा दे पोस्टर दे नाल उस दी रिलीज डेट नू शेयर कीता। गौर करन वाली गल ए वी है कि 3 मई 2019 नू रिलीज होई सी परमीश वर्मा ते वामिका गब्बी दी फिल्म दिल दीआं गल्लां। ए गल का जी, ਤੁਸੀਂ ਆਪਣੇ ਤੋਂ ਜ਼ਿਆਦਾ ਇੰਪ੍ਰੈਸ ਨਹੀਂ ਜੀ? ਤੇ ਹੁਣ ਸੇਮ ਡੇਟ ਪਰ ਸਾਲ ਅਲੱਗ, ਯਾਨੀ ਕਿ 3 ਮਈ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਤਬਾਹ ਦੇ ਰਾਹੀਂ ਨਜ਼ਰ ਆਏਗੀ ਇਹੀ ਸੇਮ ਜੋੜੀ, ਪਰਮੇਸ਼ ਵਰਮਾ ਤੇ ਵੋਮਿਕਾ ਗੱਬੀ। ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਇੱਕ ਲਵ ਸਟੋਰੀ ਸੀ ਤੇ ਹੁਣ ਤਬਾਹ ਦੇ ਨਾਲ ਪਰਮੇਸ਼ ਵਰਮਾ ਕੁਝ ਅਲੱਗ ਪੇਸ਼ ਕਰਨ ਵਾਲੇ ਨੇ। ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਲੁਕਸ ਨੇ ਤੇ ਉਹਨਾਂ ਦੀ ਮਿਹਨਤ ਕੈਰੇਕਟਰ ਤੇ ਨਜ਼ਰ ਆ ਰਹੀ ਹੈ, ਇਹ ਗੱਲ ਤਾਂ ਪੱਕੀ ਹੈ ਕਿ ਧਮਾਕਾ ਹੋਣ ਵਾਲਾ ਹੈ। ਇਸ ਫਿਲਮ ਨੂੰ ਪ੍ਰੋਡਿਊਸ ਤੇ ਡਾਇਰੈਕਟ ਵੀ ਪਰਮੇਸ਼ ਵਰਮਾ ਨੇ ਆਪ ਹੀ ਕੀਤਾ ਹੈ ਤੇ ਨਾਲ ਹੀ ਦੱਸ ਦਈਏ ਤੁਹਾਨੂੰ ਇਸ ਵਿੱਚ ਤੁਹਾਨੂੰ ਧੀਰਜ ਕੁਮਾਰ ਵੀ ਨਜ਼ਰ ਆਉਣਗੇ ਤੇ ਫਿਲਮ ਦੀ ਕਹਾਣੀ ਲਿਖੀ ਹੈ ਗੁਰਜਿੰਦ ਮਾਨ ਨੇ। ਤਬਾਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ 3 ਮਈ 2024 ਨੂੰ। ਕੀ ਕਹਿਣਾ ਹੈ ਤੁਹਾਡਾ ਇਸ ਪ੍ਰੋਜੈਕਟ ਦੇ ਬਾਰੇ, ਕਮੈਂਟ ਕਰਕੇ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰ ਲਓ ਬਾਲੀਵੁੱਡ ਬਜ਼। ਪੈਂਦੀ ਹੈ ਫਿਰ ਤੱਕ ਚੈਂਪੀਅਨ।